यदा यदा हि धर्मस्य ग्लानिर्भवति भारत अभ्युत्थानमधर्मस्य तदात्मानं सृजाम्यहं परित्राणाय साधूनां विनाशाय च दुष्कृतां धर्मसंस्थापनार्थाय सम्भवामि युगे युगे ਕਿੰਨਾ ਕੁ ਟਫ ਮੰਨਦੇ ਆ ਕਿਸ ਤਰੀਕੇ ਨਾਲ ਬੱਚੇ ਨੂੰ ਤੁਸੀਂ ਇਹ ਸਿਖਾ ਰਹੇ ਆ ਕਿੰਨਾ ਕੁ ਉਹਨੂੰ ਕਿੰਨਾ ਕੋਖਾ ਲੱਗਦਾ ਦੇਖੋ ਜੀ ਸੰਸਕ੍ਰਿਤ ਜੇ ਅਸੀਂ ਲੈਂਗੁਏਜ ਹੈ ਇੱਕ ਤੇ ਪੰਜਾਬੀ ਤੇ ਸੰਸਕ੍ਰਿਤ ਵਿੱਚ ਕੋਈ ਬਹੁਤ ਜ਼ਿਆਦਾ ਅੰਤਰ ਨਹੀਂ ਹੈਗਾ ਜੇ ਅਸੀਂ ਪ੍ਰਯਾਸ ਕਰੀਏ ਕੋਸ਼ਿਸ਼ ਕਰੀਏ ਤਾਂ इजीली ਬੱਚਾ ਇਹਨੂੰ ਸਿੱਖ ਜਾਂਦਾ ਹੈ ਨੈਸ਼ਨਲ ਲੈਵਲ ਦੇ ਵਿੱਚ ਜਿੱਤ ਕੇ ਇੱਕ ਪ੍ਰਾਈਜ਼ ਹਾਸਲ ਕਰਕੇ ਆਇਆ ਕੈਸ਼ ਪ੍ਰਾਈਜ਼ ਵੀ ਹੈ ਤੇ ਹੋਰ ਸਰਟੀਫਿਕੇਟ ਵੀ ਜਿਹੜੇ ਉਹਨੂੰ ਮਿਲੇ ਪਿਤਾ ਜੀ ਤੇ ਦਾਦੂ ਮੈਨੂੰ ਸਿਖਾਉਂਦੇ ਆ ਪਿਤਾ ਜੀ ਨੇ ਸਿਖਾਇਆ ਤੇ ਦਾਦੂ ਪ੍ਰੈਕਟਿਸ ਕਰਵਾਂਦੇ ਆ ਰੋਜ਼ ਸਵਾਗਤ ਹੈ ਸਾਰਿਆਂ ਦਾ ਜਗਵਾਨੀ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹਾਂ ਫਗਵਾੜਾ ਦੇ ਵਿੱਚ ਜਿੱਥੇ ਪੰਜਾਬ ਸੂਬਾ ਸਾਡਾ ਸਾਂਸਕ੍ਰਿਤ ਜਿਹੜਾ ਸਬਜੈਕਟ ਆ ਕਹਿ ਸਕਦੇ ਨਾ ਕਿਸੇ ਸਕੂਲ ਦੇ ਵਿੱਚ ਐ ਤੇ ਨਾ ਕਿਸੇ ਕਾਲਜ ਦੇ ਵਿੱਚ ਪਰ ਫਗਵਾੜਾ ਦਾ ਇੱਕ ਬੱਚਾ 10ਵੀਂ 10 ਸਾਲਾਂ ਦਾ ਜਿਹੜਾ ਬੱਚਾ ਆ ਤੇ 5th ਦੇ ਵਿੱਚ ਜਿਹੜਾ ਹੁਣ ਹੋਇਆ ਨੈਸ਼ਨਲ ਲੈਵਲ ਦੇ ਵਿੱਚ ਜਿਹੜਾ ਉਹ ਕੰਪੀਟੀਸ਼ਨ ਹੋਇਆ ਉਹਦੇ ਵਿੱਚ ਸੰਸਕ੍ਰਿਤ ਜਿਹੜਾ ਗੀਤਾ ਦੇ ਕੰਠ ਮੁਕਾਬਲੇ ਆਪਾਂ ਕਹਿ ਸਕਦੇ ਹੁਏ ਆ ਉਸ ਵਿੱਚ ਨੈਸ਼ਨਲ ਲੈਵਲ ਦੇ ਵਿੱਚ ਜਿੱਤ ਕੇ ਇੱਕ ਪ੍ਰਾਈਜ਼ ਹਾਸਲ ਕਰਕੇ ਆਇਆ ਕੈਸ਼ ਪ੍ਰਾਈਜ਼ ਵੀ ਹੈ ਤੇ ਹੋਰ ਸਰਟੀਫਿਕੇਟ ਵੀ ਜਿਹੜੇ ਉਹਨੂੰ ਮਿਲੇ ਆ ਸਾਡੇ ਨਾਲ ਇਸ ਵਕਤ ਮੌਜੂਦ ਆ ਅਮਰਤ ਬੰਦੂ ਅਮਰਤਬੰਦੂ 10 ਸਾਲ ਦਾ ਜਿਹੜਾ ਵਿਦਿਆਰਥੀ ਹੈ ਅਮਰਤਬੰਦੂ ਇਹ ਕੰਪੀਟੀਸ਼ਨ ਜਿਹੜਾ ਹੋਇਆ ਹੈ ਕਿੱਥੇ ਕੰਪੀਟੀਸ਼ਨ ਹੋਇਆ ਕਿਉਂਕਿ ਸੰਸਕ੍ਰਿਤ ਦੇ ਵਿੱਚ ਤੁਸੀਂ ਇਹ ਸਾਰਾ ਕੰਪੀਟੀਸ਼ਨ ਕਰਕੇ ਆਏ ਹੈਗੇ ਆ ਪਰ ਪੰਜਾਬ ਦੇ ਵਿੱਚ ਨਾ ਤਾਂ ਕਿਸੇ ਸਕੂਲ ਦੇ ਵਿੱਚ ਸੰਸਕ੍ਰਿਤ ਦਾ ਸਬਜੈਕਟ ਹੈਗਾ ਨਾ ਸਿਖਾਈ ਜਾਂਦੀ ਹੈ ਫਿਰ ਤੁਸੀਂ ਕਿੱਥੋਂ ਇਹ ਸਿੱਖ ਰਹੇ ਹੋ ਕੌਣ ਸਿਖਾ ਰਿਹਾ ਹੈ ਤੇ ਕੰਪੀਟੀਸ਼ਨ ਕਿੰਨਾ ਕੁ ਟਫ ਰਿਹਾ ਤੁਹਾਡੇ ਲਈ ਏ ਬੀਐਚਯੂ ਵਿੱਚ ਹੋਇਆ ਹੈ ਤਾਂ ਮੇਰੇ ਪਿਤਾ ਜੀ ਤੇ ਦਾदू ਮੈਨੂੰ ਸਿਖਾਉਂਦੇ ਆ ਪਿਤਾ ਜੀ ਨੇ ਸਿਖਾਇਆ ਹੈ ਤਾਂ ਦਾदू ਪ੍ਰੈਕਟਿਸ ਕਰਵਾਂਦੇ ਆ ਰੋਜ਼ ਹਾਂ ਅੱਛਾ ਗੀਤਾ ਜਿਹੜੇ ਆਪਣੇ ਪਵਿੱਤਰ ਆਪਾਂ ਕਹਿ ਸਕਦਾ ਹੈ ਸਨਾਤਨ ਧਰਮ ਦਾ ਇੱਕ ਗੀਤਾ ਸਾਰ ਜਿਹੜਾ ਹੈਗਾ 700 ਤੋਂ ਵੱਧ ਸ਼ਲੋਕ ਹੈ ਉਹਦੇ ਵਿੱਚ 18 ਅਧਿਆਏ ਆ 700 ਸ਼ਲੋਕ ਕਾਫੀ ਹੋ ਜਾਂਦੇ ਤੁਹਾਡੀ ਏਜ ਵੀ ਹੈ 7 ਸਾਲ ਦੀ 10 ਸਾਲ ਦੀ ਏਜ ਕੋਸ਼ਿਸ਼ ਜ਼ਿਆਦਾ ਨਹੀਂ ਹੈਗੀ ਤੇ ਸੰਸਕ੍ਰਿਤ ਜਿਹੜਾ ਇੱਕ ਬੜਾ ਤਫਜਾ ਸਬਜੈਕਟ ਹੈਗਾ ਬੋਲਣਾ ਵੀ ਮੁਸ਼ਕਿਲ ਹੈ ਹਿੰਦੀ ਵੀ ਬੋਲਣਾ ਇੱਥੇ ਤਾਂ ਪੰਜਾਬ ਦੇ ਜਿਹੜੇ ਜੇ ਕਹਿ ਸਕਦੇ ਆ ਵਿਦਿਆਰਥੀ ਉਹਨਾਂ ਨੂੰ ਹਿੰਦੀ ਬੋਲਣੀ ਵੀ ਬੜੀ ਟਫ ਲੱਗਦੀ ਹੈ ਤੇ ਫਿਰ ਕਿਸ ਕਿੰਨਾ ਕੋ ਮੁਸ਼ਕਿਲ ਲੱਗਾ ਕਿਉਂਕਿ ਹੋਰ ਜਿਹੜੇ ਅਦਰ ਸਟੇਟ ਵਿੱਚੋਂ 30 ਸਟੂਡੈਂਟ ਆਈ ਥਿੰਕ ਪਾਰਟਿਸਪੇਟ ਕੀਤਾ ਸੀਗਾ ਇਹਦੇ ਵਿੱਚ 올 ਓਵਰ ਇੰਡੀਆ ਦੇ ਵਿੱਚੋਂ ਜਿਹਦੇ ਵਿੱਚੋਂ ਕਰਨਾਟਕਾ ਜਾਂ ਹੋਰ ਵੀ ਅਦਰ ਜਿਹੜੀ ਸਟੇਟਸ ਸੀਗੇ ਉਹਦੇ ਵਿੱਚੋਂ ਵੀ ਆਏ ਹੋਏ ਸੀਗੇ ਕਿੰਨਾ ਕੁ ਟਫ ਕੰਪੀਟੀਸ਼ਨ ਉੱਥੇ ਮਿਲਿਆ ਟਫ ਤਾਂ ਕੰਪੀਟੀਸ਼ਨ ਸੀਗਾ ਤਾਂ ਕੰਪੀਟੀਸ਼ਨ ਟਫ ਸੀਗਾ ਤਾਂ ਮੈਨੂੰ ਤਾਂ ਟਫ ਨਹੀਂ ਲੱਗਿਆ ਜਦ ਮੈਂ ਸ਼ੁਰੂ ਕੀਤਾ ਬੋਲਣਾ ਤਾਂ ਮੈਨੂੰ ਥੋੜਾ ਜਿਹਾ ਟਫ ਲੱਗ ਗਿਆ ਫਿਰ ਬਾਅਦ ਚ ਮੈਨੂੰ ਆਸਾਨ ਲੱਗਿਆ ਫਿਰ ਨਹੀਂ ਸੀਗਾ ਟਫ ਅੱਛਾ ਕੀ ਕੁਝ ਉੱਥੇ ਕੀ ਕੁਝ ਸੁਣਾਇਆ ਜੱਜ ਨੇ ਕੀ ਪੁੱਛਿਆ ਜਗਾ ਕੰਪੀਟੀਸ਼ਨ ਦੇ ਵਿੱਚ ਕੀ ਸੀਗਾ ਉਹਦੇ ਵਿੱਚ ਉੱਥੇ ਉਹਨਾਂ ਨੇ ਗੀਤਾ ਦੇ ਸ਼ਲੋਕ ਪੁੱਛੇ ਸੀ ਤਾਂ ਸੰਖਿਆ ਵਿੱਚ ਕਿਹੜੀ ਸ਼ਲੋਕ ਦੀ ਸੰਖਿਆ ਹੈ ਜੇ ਤੋ ਕਹਿੰਦੇ ਅਧਿਆਇ ਦੇ ਵਿੱਚੋਂ ਕਿਸੇ ਵੀ ਅਧਿਆਇ ਦੇ ਵਿੱਚੋਂ ਵਿੱਚੋਂ ਸ਼ਲੋਕ ਦੇ ਦਿੱਤਾ ਉਹਨਾਂ ਨੇ ਸਟਾਰਟਿੰਗ ਕਰ ਦਿੱਤੇ ਵਰਡ ਬੂਲ ਦਿੱਤਾ ਤੇ ਬਾਅਦ ਵਿੱਚ ਸਾਰਾ ਤੁਸੀਂ ਸ਼ਲੋਕ ਪੂਰਾ ਕਰਨਾ ਸੀ ਹਾਂਜੀ ਕੋਈ ਸ਼ਲੋਕ ਜਿਹੜਾ ਇੱਕ ਬੜਾ ਜੇ ਕਹਿ ਦਈਏ ਪ੍ਰਸਿੱਧ ਜਿਹੜਾ ਹੈ ਜਿਆਦਾ ਜਿਆਦਾ ਇਸ ਧਰਮ ਉਸ ਸ਼ਲੋਕ ਤੁਸੀਂ ਸੁਣਾ ਸਕਦੇ यदा यदा हि धर्मस्य ग्लानिर्भवति भारत अभ्युत्थानमधर्मस्य तदात्मानं सृजाम्यहं परित्राणाय साधूनां विनाशाय च दोष्कृतां धर्मसंस्थापनार्थाय सम्भवामि युगे युगे अच्छा दिना 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 दे फादर डॉक्टर साहब ਮੰਦੋਰੀ ਬੜਾ ਜੇ ਕਹਿ ਦਈਏ ਪੰਜਾਬ ਦੇ ਵਿੱਚ ਇੱਕ ਬੜੀ ਘਾਟ ਹੈਗੀ ਆ ਸੰਸਕ੍ਰਿਤ ਜਿਹੜਾ ਸਬਜੈਕਟ ਹੈ ਕਿਸੇ ਵੀ ਸਕੂਲ ਚਾਹ ਪ੍ਰਾਈਵੇਟ ਕਰ ਲਈਏ ਚਾਹ ਗਵਰਨਮੈਂਟ ਸਕੂਲ ਕਰ ਲਈਏ ਕਿਸੇ ਦੇ ਵਿੱਚ ਇਹ ਲੈਂਗੁਏਜ ਨਹੀਂ ਹੈਗੀ ਆ ਸਬਜੈਕਟ ਨਹੀਂ ਹੈਗਾ ਤੁਸੀਂ ਆਪਣੇ ਬੱਚੇ ਨੂੰ ਸੰਸਕ੍ਰਿਤ ਦੇ ਵਿੱਚ ਕੰਪੀਟੀਸ਼ਨ ਕਰਾਇਆ ਚਾਹ ਸਟੇਟ ਲੈਵਲ ਕਰ ਲਈਏ ਫਿਰ ਨੈਸ਼ਨਲ ਲੈਵਲ ਤੇ ਵੀ ਹੁਣ ਤੁਸੀਂ ਉਹਨੂੰ ਕੰਪੀਟੀਸ਼ਨ ਦੇ ਵਿੱਚ ਲੈ ਕੇ ਗਏ ਹੈਗੇ ਕਿੰਨਾ ਕੁ ਟਫ ਮੰਨਦੇ ਆ ਕਿਸ ਤਰੀਕੇ ਨਾਲ ਬੱਚੇ ਨੂੰ ਤੁਸੀਂ ਇਹ ਸਿਖਾ ਰਹੇ ਹੋ ਕਿੰਨਾ ਕੁ ਉਹਨੂੰ ਕਿੰਨਾ ਕੋਖਾ ਲੱਗਦਾ ਆ ਦੇਖੋ ਜੀ ਸੰਸਕ੍ਰਿਤ ਜੇ ਅਸੀਂ ਲੈਂਗੁਏਜ ਹੈ ਇੱਕ ਤੇ ਪੰਜਾਬੀ ਦੇ ਸੰਸਕ੍ਰਿਤ ਦੇ ਵਿੱਚ ਕੋਈ ਬਹੁਤ ਜ਼ਿਆਦਾ ਅੰਤਰ ਨਹੀਂ ਹੈਗਾ ਜੇ ਅਸੀਂ ਪ੍ਰਯਾਸ ਕਰੀਏ ਕੋਸ਼ਿਸ਼ ਕਰੀਏ ਤਾਂ इजीली ਬੱਚਾ ਇਹਨੂੰ ਸਿੱਖ ਜਾਂਦਾ ਹੈ ਕਿਉਂਕਿ ਅਸੀਂ ਬਹੁਤ ਅੱਜ ਤੋਂ 10 ਸਾਲ 10 15 10 15 ਸਾਲ ਪਹਿਲੋਂ ਅਸੀਂ ਦੇਖਦੇ ਸੀ ਸਕੂਲਾਂ ਦੇ ਵਿੱਚ ਸੰਸਕ੍ਰਿਤ ਹੁੰਦੀ ਸੀ ਜਦੋਂ ਮੈਂ ਵੀ ਪੜਦਾ ਸੀਗਾ 10ਵੀਂ ਮੇਰੀ ਲਗਭਗ ਸਨ 2000 ਸਨ 2000 ਦੀ ਮੇਰੀ 10ਵੀਂ ਆ ਤੇ ਉਦੋਂ ਸਾਡੇ ਸਕੂਲ ਦੇ ਵਿੱਚ ਐਜ਼ ਅ ਆਪਸ਼ਨਲ ਇੱਕ ਸੰਸਕ੍ਰਿਤ ਪੜਾਈ ਜਾਂਦੀ ਸੀ ਪਰ ਹੁਣ ਅੱਜ ਦੇ ਡੇਟ ਦੇ ਵਿੱਚ ਫਗਵਾੜਾ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਸਕੂਲ ਨਹੀਂ ਹੈਗਾ ਜਿੱਥੇ ਸੰਸਕ੍ਰਿਤ ਪੜਾਈ ਜਾਂਦੀ ਹੋਵੇ ਉਹਦੇ ਕਾਰਨ ਬਹੁਤ ਸਾਰੇ ਬੱਚੇ ਜਿਨ੍ਹਾਂ ਅੰਦਰ ਬਹੁਤ ਸਾਰੀ ਪ੍ਰਤਿਭਾ ਜਿਹੜਾ ਸੰਸਕ੍ਰਿਤ ਦੇ ਵਿੱਚ ਬਹੁਤ ਅੱਛਾ ਕਰ ਸਕਦੇ ਨੇ ਉਹਨਾਂ ਨੂੰ ਸੰਸਕ੍ਰਿਤ ਪੜ੍ਹਨ ਦਾ ਮੌਕਾ ਹੀ ਨਹੀਂ ਮਿਲ ਰਿਹਾ ਉਹ ਮੈਂ ਕਿਉਂਕਿ ਸਕੂਲ ਦੇ ਵਿੱਚ ਨਹੀਂ ਸੀ ਇਸ ਕਰਕੇ ਮੈਂ ਘਰ ਦੇ ਵਿੱਚ ਬੱਚੇ ਨੂੰ ਸੰਸਕ੍ਰਿਤ ਪੜਾਨੀ ਸ਼ੁਰੂ ਕੀਤੀ ਤੇ ਇਹ ਬੱਚਾ ਸੰਸਕ੍ਰਿਤ ਬੋਲ ਵੀ ਲੈਂਦਾ ਫਲੂਐਂਟਲੀ ਇਹਦੇ ਨਾਲ ਮੈਂ ਸੰਸਕ੍ਰਿਤ ਦੇ ਵਿੱਚ ਅਸੀਂ ਗੱਲ ਵੀ ਕਰ ਲੈਨੇ ਆ ਬੋਲਦਾ ਵੀ ਹੈਗਾ ਤੇ ਇਹਨੇ ਸੰਸਕ੍ਰਿਤ ਹੌਲੀ ਹੌਲੀ ਪੜ੍ਹਨੀ ਸ਼ੁਰੂ ਕੀਤੀ ਹੈ ਤਾਂ ਇੰਟਰਸਟ ਪੈਦਾ ਹੋ ਗਿਆ ਤੇ ਗੀਤਾ ਇਹਨੇ ਪੂਰੀ કંਠਸਤ ਕਰ ਲਈ ਗੀਤਾ ਨੂੰ ਕੰਪਲੀਟਲੀ ਇਹਨੂੰ ਯਾਦ ਆ 700 ਦੇ 700 ਸ਼ਲੋਕ ਤੇ 18 ਅਧਿਆਇ ਦੇਸ ਤੋਂ علاوہ ਗੀਤਾ ਤੋਂ علاوہ ਵੀ ਇਸ ਨੂੰ ਬਹੁਤ ਸਾਰੇ ਸੰਸਕ੍ਰਿਤ ਦੇ ਸੋਤਰ ਬਹੁਤ ਸਾਰੇ ਮੰਤਰ ਉਹ ਇਹਨੂੰ ਯਾਦ ਹੈਗੇ ਆ કંਠਸਤੇ ਨੇ ਕੰਠ ਕੀਤੇ ਹੋਏ ਹੈਗੇ ਤੇ ਇਹ ਜੇ ਦੀ ਲਗਭਗ 10 ਸਾਲਾਂ ਜੇ 10 ਸਾਲ ਦਾ ਬੱਚਾ ਇਹ ਸਭ ਕਰ ਸਕਦਾ ਤਾਂ ਤੁਸੀਂ ਸੋਚ ਸਕਦੇ ਹੋ ਜੇ ਕੋਈ ਵੱਡੀ ਏਜ ਦਾ ਬੱਚਾ ਹੈਗਾ ਤਾਂ ਉਹਦੇ ਲਈ ਵੀ ਕੋਈ ਬਹੁਤ ਕਠਿਨ ਨਹੀਂ ਹੈਗੀ ਬਸ ਲੋੜ ਇਸ ਚੀਜ਼ ਦੀ ਹੈ ਕਿ ਅਸੀਂ ਇਸ ਚੀਜ਼ ਨੂੰ ਆਪਣੇ ਇੰਟਰੋਡਿਊਸ ਕਰੀਏ ਸਕੂਲਾਂ ਦੇ ਵਿੱਚ ਮੁੜ ਸਥਾਪਿਤ ਕਰੀਏ ਜਿਹੜੀ ਵਿੱਚੋਂ ਲੁਪਤ ਹੋ ਗਈ ਆ ਲੋਪ ਹੋ ਗਿਆ ਜਿਹਦਾ ਮੈਂ ਸਰਕਾਰ ਨੂੰ ਵੀ ਇਹੀ ਕਹਾਂਗਾ ਤੇ ਜਿਹੜੇ ਪ੍ਰਾਈਵੇਟ ادارے ਪ੍ਰਾਈਵੇਟ ਸਕੂਲਸ ਵੀ ਹੈਗੇ ਆ ਫਗਵਾੜਾ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਮੈਂ ਇਹੀ ਕਹੂੰਗਾ ਕਿ ਤੁਸੀਂ ਸੰਸਕ੍ਰਿਤ ਨੂੰ ਆਪਣੇ ਸਕੂਲਾਂ ਦੇ ਵਿੱਚ ਪੜ੍ਹਾਉਣ ਦੀ ਵਿਵਸਥਾ ਕਰੋ ਤਾਂ ਜੋ ਅੱਜ ਪੰਜਾਬ ਤੋਂ ਕੇਵਲ ਇੱਕੋ ਹੀ ਬੱਚਾ ਪਹਿਲੋ ਹਰਿਆਣਾ ਤੇ ਪੰਜਾਬ ਦਾ ਇੱਕ ਆਪਸ ਦੇ ਵਿੱਚ ਇਕੱਠੇ ਉਹਨਾਂ ਨੇ ਕਿਉਂਕਿ ਪੰਜਾਬ ਤੋਂ ਬੱਚੇ ਹੀ ਨਹੀਂ ਸੀ ਕੰਪੀਟੀਸ਼ਨ ਦੇ ਲਈ ਨਹੀਂ ਤਾਂ ਹਰ ਸਟੇਟ ਤੋਂ ਇੱਕ ਬੱਚਾ ਉਹਨਾਂ ਨੇ ਲਿਖਤਾ ਸੀ ਕਿਉਂਕਿ ਪੰਜਾਬ ਤੋਂ ਕੇਵਲ ਇੱਕੋ ਹੀ ਇਕੱਲਾ ਹੀ ਪਾਰਟਿਸਪੈਂਟ ਸੀਗਾ ਇਸ ਕਰਕੇ ਉਹਨਾਂ ਨੇ ਪੰਜਾਬ ਤੇ ਹਰਿਆਣਾ ਨੂੰ ਮਰਜ ਕਰਕੇ ਇੱਕ ਟੀਮ ਬਣਾਈ ਤੇ ਉੱਤੇ ਲਗਭਗ 29 ਬੱਚੇ ਹਰਿਆਣਾ ਦੇ ਸੀ ਤੇ ਇੱਕ ਬੱਚਾ ਪੰਜਾਬ ਦਾ ਸੀਗਾ ਉਹ 30 ਬੱਚਿਆਂ ਦੇ ਵਿੱਚੋਂ ਇਹ ਅੰਬਾਲਾ ਦੇ ਵਿੱਚ ਐਸਡੀ ਕਾਲਜ ਅੰਬਾਲਾ ਦੇ ਵਿੱਚ ਇਹ ਗੀਤਾਕੰਠ ਕੰਪੀਟੀਸ਼ਨ ਜਿਹੜਾ ਸੀਗਾ ਉਹਦੇ ਵਿੱਚੋਂ ਪਹਿਲੋ ਪਹਿਲੇ ਨੰਬਰ ਤੇ ਆਇਆ ਤੇ ਫਿਰ ਇੱਕ ਟੀਮ ਜਿਹੜੀ ਹਰਿਆਣਾ ਪੰਜਾਬ ਦੀ ਬਣ ਕੇ ਗਈ ਉਹਦੇ ਵਿੱਚੋਂ ਇਹਨੇ ਹਰਿਆਣਾ ਤੇ ਪੰਜਾਬ ਦੋਨਾਂ ਦਾ ਪ੍ਰਤੀਨਿਧਿਤਵ ਕੀਤਾ ਬਨਾਰਸਿੰਧੂ ਯੂਨੀਵਰਸਿਟੀ ਵਾਰਾਨਸੀ ਦੇ ਵਿੱਚ ਤੇ ਉੱਥੇ ਕਰਨਾਟਕਾ ਕੇਰਲਾ ਆਂਧਰਾ ਹਰ ਜਗ੍ਹਾ ਤੋਂ ਹਰ ਸਟੇਟ ਤੇ ਇੱਕ ਇੱਕ ਬੱਚਾ ਆਇਆ ਹੋਇਆ ਸੀ ਤੇ ਉੱਥੇ ਇਹਨੇ ਉਹਨਾਂ ਦਾ ਪੰਜਾਬ ਤੇ ਹਰਿਆਣਾ ਦਾ ਪ੍ਰਤੀਨਿਧਿਤਵ ਕੀਤਾ ਤੇ ਉੱਥੇ ਇਹਨੂੰ ਪ੍ਰਥਮ ਸ਼੍ਰੇਣੀ ਦੇ ਵਿੱਚ ਇਹਨੂੰ ਪੁਰਸਕਾਰ ਪ੍ਰਾਪਤ ਹੋਇਆ ਤੇ ਉਹ ਜਿੱਤ ਕੇ ਉੱਥੋਂ ਆਇਆ ਪੰਜਾਬ ਦਾ ਮਾਣ ਵਧਿਆ ਨਿਸ਼ਚਿਤ ਰੂਪ ਵਿੱਚ ਇਹਦੇ ਨਾਲ ਤੇ ਇੱਕ ਮੈਂ ਹੋਰ ਗੱਲ ਕਹਿਣਾ ਚਾਹਾਂਗਾ ਸੰਸਕ੍ਰਿਤ ਦੇ ਖੇਤਰ ਦੇ ਵਿੱਚ ਸਰਕਾਰਾਂ ਪੁਰਸਕਾਰ ਦਿੰਦੀਆਂ ਤੇ ਇੰਡੀਆ ਦਾ ਇੱਕ ਪੁਰਸਕਾਰ ਆ ਬਹੁਤ ਹੀ ਪ੍ਰਤਿਸ਼ਠਿਤ ਪੁਰਸਕਾਰ ਹੈ ਜਿਹਨੂੰ ਗਿਆਨਪੀਠ ਪੁਰਸਕਾਰ ਕਹਿੰਦੇ ਨੇ ਸ਼ਾਇਦ ਬਹੁਤ ਲੋਕਾਂ ਨੇ ਸੁਣਿਆ ਹੋਵੇਗਾ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਗਿਆਨਪੀਠ ਪੁਰਸਕਾਰ ਉਹ ਸੰਸਕ੍ਰਿਤ ਦੇ ਕਿਸੇ ਵਿਅਕਤੀ ਨੂੰ ਅਜ ਤੱਕ ਕੇਵਲ ਇੱਕ ਹੀ ਵਿਅਕਤੀ ਅਜਿਹਾ ਜਿਹਨੂੰ ਉਹ ਗਿਆਨਪੀਠ ਪੁਰਸਕਾਰ ਮਿਲਿਆ ਹੈ ਤੇ ਉਹ ਵਿਅਕਤੀ ਨਾ ਤਾਂ ਕੇਰਲਾ ਦਾ ਨਾ ਕਰਨਾਟਕਾ ਦਾ ਨਾ ਬਨਾਰਸ ਦਾ ਉਹ ਵਿਅਕਤੀ ਪੰਜਾਬ ਦਾ ਸਤਿਆਵਰਤ ਸ਼ਾਸਤਰੀ ਜੀ ਪ੍ਰੋਫੈਸਰ ਸਤਿਆਵਰਤ ਸ਼ਾਸਤਰੀ ਜੀ ਉਹ ਪੰਜਾਬ ਦੇ ਰਹਿਣ ਵਾਲੇ ਆ ਤਾਂ ਉਹ ਇੱਕਾਤਰ ਅਜਿਹੇ ਸੰਸਕ੍ਰਿਤ ਦੇ ਵਿਦਵਾਨ ਨੇ ਜਿਨ੍ਹਾਂ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਹੈ ਇਸ ਕਰਕੇ ਪੰਜਾਬ ਦੇ ਵਿੱਚ ਵੀ ਸੰਸਕ੍ਰਿਤ ਦੇ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਵਿਦਵਾਨ ਲੋਕ ਹਜੇ ਤੱਕ ਹੁੰਦੇ ਆਏ ਆ ਮਹਾਰਿਸ਼ੀ ਪਾਨਿਨੀ ਜਿਨ੍ਹਾਂ ਨੇ ਵਿਆਕਰਣ ਅਸ਼ਟadhyayi ਦੀ ਰਚਨਾ ਕੀਤੀ ਉਹ ਪੰਜਾਬ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਇਸ ਤੋਂ ਇਲਾਵਾ ਆਪਣੇ ਵੇਦ ਭੂਮੀ ਵੇਦਾਂ ਦੀ ਰਚਨਾ ਇਸੇ ਪੰਜਾਬ ਦੀ ਧਰਤੀ ਤੇ ਹੋਈ ਇਹ ਮੰਨਿਆ ਜਾਂਦਾ ਹੈ ਤੇ ਵੇਦਾ ਦੀ ਭਾਸ਼ਾ ਸੰਸਕ੍ਰਿਤ ਨੂੰ ਅੱਜ ਪੰਜਾਬ ਦੇ ਵਿੱਚ ਆਪਣੀ ਹੋਣ ਦੇ ਲਈ ਲੜਨਾ ਪੈ ਰਿਹਾ ਹੈ ਯੂਜਨਾ ਪੈ ਰਿਹਾ ਹੈ ਇਹ ਵਾਕਈ ਚਿੰਤਾ ਦੀ ਗੱਲ ਹੈ ਤੇ ਮੈਂ ਇਹ ਨਿਵੇਦਨ ਕਰਾਂਗਾ ਇਹ ਮੰਗ ਕਰਦਾ ਹਾਂ ਸਰਕਾਰਾਂ ਤੋਂ ਤੇ ਆਪਣੇ ਪ੍ਰਾਈਵੇਟ ਸਮਾਜਿਕ ਆਧਾਰਿਆਂ ਤੋਂ ਵੀ ਉਹ ਇਸ ਦਿਸ਼ਾ ਦੇ ਵਿੱਚ ਆਪਣਾ ਕੰਮ ਕਰਨ ਤੇ ਸੰਸਕ੍ਰਿਤ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਲੈ ਕਰਕੇ ਅ ਅੱਗੇ ਵਧਣ ਤਾਂ ਕਿ ਹੋਰ ਵੀ ਅਜਾਹੇ ਜੋ ਪ੍ਰਤਿਭਾਸ਼ਾਲੀ ਬੱਚੇ ਨੇ ਉਹ ਅੱਗੇ ਆਣ ਤੇ ਪੰਜਾਬ ਦਾ ਨਾਮ ਰੋਸ਼ਨ ਕਰੇ ਡਾਕਟਰ ਸਾਹਿਬ ਅਸੀ ਕਹਾ ਦੇਖ ਰਹੇ ਹਾਂ ਸੀਐਮ ਸਾਹਿਬ ਤੁਹਾਨੂੰ ਕਾਲੀਦਾਸ ਅਵਾਰਡ ਦੇ ਰਿਹਾ ਹੈ ਇਹ ਅਵਾਰਡ ਤੁਹਾਨੂੰ ਕਿਸ ਕੰਮ ਦੇ ਲਈ ਮਿਲਿਆ ਤੇ ਕਿੱਥੇ ਇਹ ਸਾਰਾ ਜੀ ਇਹ ਆਪਣਾ ਪੰਜਾਬ ਸਰਕਾਰ ਸੰਸਕ੍ਰਿਤ ਨੂੰ ਪ੍ਰਮੋਟ ਕਰਨ ਲਈ ਕੁਝ ਪੁਰਸਕਾਰ ਹਰ ਸਾਲ ਦਿੰਦੀ ਹੈ ਮੈਂ ਇੱਕ ਪੁਸਤਕ ਲਿਖੀ ਸੀ ਦੇਵਾਲਿਆ ਸਥਾਪਤ્યਮ ਜਿਹੜੀ ਵਾਸਤੂ ਸ਼ਾਸਤਰ ਦੇ ਨਾਲ ਰਿਲੇਟਡ ਕਿਤਾਬ ਆ ਤੇ ਉਸ ਕਿਤਾਬ ਦੇ ਉੱਪਰ ਮੈਨੂੰ 19 11 2022 ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਵੱਲੋਂ ਇਹ ਪੁਰਸਕਾਰ ਮੈਨੂੰ ਦਿੱਤਾ ਗਿਆ ਜਿਹਨੂੰ ਕਾਲੀਦਾਸ ਪੁਰਸਕਾਰ ਕਿਹਾ ਜਾਂਦਾ ਹੈ ਤੇ ਇਹ ਮੈਨੂੰ ਲਗਭਗ ਅੱਜ ਤੋਂ 4-5 ਮਹੀਨੇ ਪਹਿਲਾਂ ਮਿਲਿਆ ਸੀਗਾ ਉਸ ਵਾਸਤੂ ਸ਼ਾਸਤਰ ਦੀ ਪੁਸਤਕ ਦੇ ਉੱਤੇ ਕਿਉਂਕਿ ਮੈਂ ਵਾਸਤੂ ਸ਼ਾਸਤਰ ਤੇ ਜੋਤਿਸ਼ ਦਾ ਹੀ ਅਧਿਆਪਕ ਹਾਂ ਅਸਿਸਟੈਂਟ ਪ੍ਰੋਫੈਸਰ ਹਾਂ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਸੰਸਕ੍ਰਿਤ ਯੂਨੀਵਰਸਿਟੀ ਨਿਊ ਦਿੱਲੀ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਮੈਂ ਇਹ ਸਬਜੈਕਟ ਪੜ੍ਹਾਉਣਾ ਯੂਨੀਵਰਸਿਟੀ ਦੇ ਵਿੱਚ ਤਾਂ ਇਹਦੇ ਵਿੱਚ ਹੀ ਮੈਂ ਕਿਤਾਬ ਲਿਖੀ ਸੀ ਉਸ ਕਰਕੇ ਮੈਨੂੰ ਇਹ ਪੁਰਸਕਾਰ ਪੰਜਾਬ ਸਰਕਾਰ ਵੱਲੋਂ ਇਹ ਦਿੱਤਾ ਗਿਆ ਸੀ ਅੱਛਾ ਹੁਣ ਅਸੀਂ ਜੇ ਡੈਮੋ ਲਈਏ ਕਿਉਂਕਿ ਕਈ ਜਿਹੜਾ ਹੁਣ ਸਾਡੇ ਦੇਖਦੇ ਹੋਗੇ ਕਿ ਪੰਜਾਬ ਦਾ ਬੱਚਾ ਹੈ ਜੀ ਜੀ 10 ਸਾਲੇ ਦੇ ਪੰਜਾਬੀ ਸਾਰੇ ਬੜੇ इजीली ਬੋਲ ਲੈਂਦੇ ਆ ਜਾਂ ਹਿੰਦੀ ਵੀ ਕਹਿ ਦਈਏ ਤਾਂ ਬੋਲ ਸਕਦੇ ਆ ਤੇ ਜਿਹੜੇ ਸੰਸਕ੍ਰਿਤ ਹੈਗੇ ਆ ਜਿਹੜਾ ਕੰਪੀਟੀਸ਼ਨ ਲੜ ਕੇ ਆਇਆ ਹੁਣ ਤੁਸੀਂ ਸ਼੍ਰੀ ભગવદ ગીતા ਤੁਹਾਡੇ હાથ ਦੇ ਵਿੱਚ ਅਸੀਂ ਦੇਖਦੇ ਪਏ ਹਨ ਤੇ ਇਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਕੰਪੀਟੀਸ਼ਨ ਸਾਰਾ ਹੋਇਆ ਜੱਜ ਨੇ ਕਿਸ ਤਰੀਕੇ ਦੇ ਨਾਲ ਪੁੱਛੇ ਹੈਗੇ ਕੋਈ ਸ਼ਲੋਕ ਸੁਣੇ ਹੈ ਜਾਂ ਅਧਿਆਇ ਜਿਹੜਾ ਵੀ ਸੀਗਾ ਇੱਕ ਡੈਮੋ ਤੁਸੀਂ ਦਿਖਾ ਸਕਦੇ ਹੋ ਜਿਹੜਾ ਕੰਪੀਟੀਸ਼ਨ ਹੋਇਆ ਜੀ ਹਾਂਜੀ ਆ ਇਹ ਪੂਰੀ શ્રીਮਤ ਭਗਵਦ ਗੀਤਾ ਦੇ ਵਿੱਚ 700 ਸ਼ਲੋਕ ਜੋ 18 ਅਧਿਆਇਆਂ ਦੇ ਵਿੱਚ ਵੰਡੇ ਹੋਏ ਆ ਉਹ ਇਹਦੇ ਵਿੱਚ ਹੈਗੇ ਆ શ્રીਮਤ ਭਗਵਦ ਗੀਤਾ ਦੇ ਵਿੱਚ ਇਸੇ ਤਰ੍ਹਾਂ ਜੱਜਿਸ ਨੇ ਉੱਥੇ ਤਿੰਨ ਜੱਜ ਸੀਗੇ ਕੁਝ ਕੇਰਲਾ ਤੋਂ ਕਰਨਾਟਕਾ ਤੋਂ ਏਦਾਂ ਲਗ-ਲਗ ਸਟੇਟਸ ਵਿੱਚੋਂ ਸੀ ਤੇ ਉਹਨੇ ਵਿੱਚੋਂ ਵਿੱਚੋਂ ਪਹਿਲੋਂ ਤਾਂ ਇੱਕ ਇੱਕ ਸ਼ਬਦ ਨੂੰ ਲੈ ਕੇ ਕਿਸੇ ਵੀ ਸ਼ਲੋਕ ਦਾ ਉਹ ਪਹਿਲਾ ਸ਼ਬਦ ਮਾਤਰ ਹੀ ਬੋਲਦੇ ਸੀ ਤੇ ਜਿਹੜੇ ਬੱਚੇ ਪਾਰਟਿਸਪੈਂਟ ਸੀਗੇ ਉਹ ਉਸ ਸ਼ਲੋਕ ਉਸ ਸ਼ਬਦ ਤੋਂ ਸ਼ੁਰੂ ਕਰਕੇ ਸ਼ਲੋਕ ਅੱਗੇ ਬੋਲਦੇ ਰਹਿੰਦੇ ਸੀ ਜਦ ਤੱਕ ਜੱਜਿਸ ਉਹਨਾਂ ਨੂੰ ਰੋਕਦੇ ਨਹੀਂ ਸੀ ਇਸ ਤਰ੍ਹਾਂ ਲਗਭਗ 30 ਦੇ ਕਰੀਬ ਬੱਚੇ ਹਰ ਸਟੇਟ ਤੋਂ ਜਿਹੜੇ ਆਏ ਸੀ ਉਹਨਾਂ ਨੇ ਆਪਣੀ ਆਪਣੀ ਪ੍ਰਸਤuti ਦਿੱਤੀ ਤੇ ਉਹਦੇ ਵਿੱਚੋਂ ਫਿਰ ਲਾਸਟ ਵਿੱਚ ਉਹਨਾਂ ਨੇ ਪੰਜ ਬੱਚੇ ਜਿਹੜੇ ਟੋਪ ਮੋਸਟ ਸੀਗੇ ਉਹ ਸਿਲੈਕਟ ਕੀਤੇ ਤੇ ਉਹ ਵੀ ਬੱਚੇ ਆਪਸ ਦੇ ਵਿੱਚ ਬਹੁਤ ਹੀ ਸਾਰੇ ਬੱਚੇ ਇੱਕੋ ਜਿਹੇ ਸੀਗੇ ਤੇ ਉਹਨਾਂ ਨੇ ਫਿਰ ਉਹ ਕੰਪੀਟੀਸ਼ਨ ਨੂੰ ਥੋੜਾ ਹੋਰ ਟਫ ਕਰਦੇ ਹੋਏ ਕੇਵਲ ਜਿੱਦਾਂ ਅਧਿਆਇ ਦਾ ਨਾਮ ਲੈ ਕੇ 15ਵੇਂ ਅਧਿਆਇ ਦਾ 10ਵਾਂ ਸ਼ਲੋਕ ਸੁਣਾਓ 13ਵੇਂ ਦਿਹਾੜਾ 6ਵਾਂ ਸ਼ਲੋਕ ਸੁਣਾਉ ਸੰਖਿਆ ਦੇ ਆਧਾਰ ਤੇ ਸ਼ਲੋਕ ਪੁੱਛ ਕੇ ਉਹਨਾਂ ਨੇ ਇੱਕ ਡਿਸਾਈਡ ਕੀਤਾ ਤੇ ਉਹ ਪੰਜਾਂ ਦੇ ਵਿੱਚੋਂ ਇੱਕ ਬੱਚੇ ਨੂੰ 골ਡ ਮੈਡਲ ਇੱਕ ਨੂੰ ਸਿਲਵਰ ਇੱਕ ਨੂੰ ਬ੍ਰੌਂਜ਼ ਤੇ ਜਿਹੜੇ ਦੋ ਬੱਚੇ ਸੀ ਉਹ ਟੋਟਲ ਉਹਨਾਂ ਨੇ ਪੰਜ ਦੇ ਪੰਜ ਬੱਚਿਆਂ ਨੂੰ ਹੀ ਪ੍ਰਥਮ ਸ਼੍ਰੇਣੀ ਮੰਨਦੇ ਹੋਏ ਪ੍ਰਥਮ ਸ਼੍ਰੇਣੀ ਪੁਰਸਕਾਰ ਦਿੱਤਾ ਜਿਹਦੇ ਵਿੱਚ ਅਮਾਉਂਟ ਉਹ ਵੀ ਉਹਨਾਂ ਨੇ ਖਾਤੇ ਦੇ ਵਿੱਚ ਟਰਾਂਸਫਰ ਬੱਚਿਆਂ ਦੇ ਕੀਤੀ ਹੈ ਤੇ ਬਾਕੀਆਂ ਨੂੰ ਉਹਨਾਂ ਨੇ 골ਡ ਸਿਲਵਰ ਤੇ ਬ੍ਰੌਂਜ਼ ਦਿੱਤਾ ਤੇ ਇਸ ਬੱਚੇ ਨੂੰ ਉਹਨਾਂ ਨੇ ਪ੍ਰਥਮ ਸ਼੍ਰੇਣੀ ਪੁਰਸਕਾਰ ਤੇ ਨਾਲ ਕੁਝ ਅਮਾਉਂਟ ਉਹ ਦਿੱਤੀ ਤੇ ਉਹਦਾ ਮੈਂ ਡੈਮੋ ਵੀ ਤੁਹਾਨੂੰ ਦੇ ਸਕਦਾ ਕਿ ਕਿਸ ਤਰ੍ਹਾਂ ਉਹ ਬੱਚਿਆਂ ਨੂੰ ਸਵਾਲ ਪੁੱਛਦੇ ਸੀ ਕਿਸ ਤਰ੍ਹਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਮੈਂ ਬੋਲਾਂਗਾ ਤੇ ਤੁਸੀਂ ਦੇਖਿਓ ਇਹਨੂੰ ਕਿਸ ਤਰ੍ਹਾਂ ਪੂਰੀ ਗੀਤਾ ਕੰਠ ਕੀਤੀ ਹੋਈ ਹੈ ਬੱਚੇ ਨੇ ਜੀ ਕਿਸ ਤਰੀਕੇ ਨਾਲ ਆ ਕਿਸ ਤਰੀਕੇ ਨਾਲ ਦੇਖ ਸਕਦੇ ਹਾਂ ਜਿੱਦਾਂ ਹੁਣ ਤੁਸੀਂ ਕੋਈ ਵੀ ਸ਼ਲੋਕ ਜਾਂ ਕੋਈ ਵੀ ਅਧਿਆਇ ਦੇ ਵਿੱਚੋਂ ਕੁਝ बोलूंगे ते सारा हो कंप्लीट ਕਰੂਗਾ ਕੁਛ ਤੁਸੀਂ ਸਟਾਰਟਿੰਗ ਦੋਗੇ ਉਹਨੂੰ ਵਰਡ ਦੀ ਸਟਾਰਟਿੰਗ ਦੋਗੇ ਕਿਸ ਤਰੀਕ ਨਾਲ ਦੋਗੇ ਜੀ ਬਿਲਕੁਲ ਮੈਂ ਇੱਕ ਵਰਡ ਬੋਲਾਂਗਾ ਜੀ ਕਿਸੇ ਵੀ ਸ਼ਲੋਕ ਦਾ ਇਹ શ્રીਮਦ ਭਗਵਤ ਗੀਤਾ ਨੂੰ ਅਸੀਂ ਕਿਸੇ ਵੀ ਸ਼ਲੋਕ ਨੂੰ ਇਸ ਤਰ੍ਹਾਂ ਕਰਦੇ ਹੋਏ ਜਦੋਂ ਵੀ ਕੋਈ ਸ਼ਲੋਕ ਸਾਡੇ ਮੂਰੇ ਆ ਜਾਂਦਾ ਤਾਂ ਅਸੀਂ ਉਹਦਾ ਪਹਿਲਾ ਸ਼ਬਦ ਹੀ ਬੋਲਣਾ ਹੈ ਤੇ ਬੱਚਾ ਉਸ ਸ਼ਬਦ ਨੂੰ ਲੈ ਕੇ ਅੱਗੇ ਵਧੇਗਾ ਤੇ ਪੂਰੀ ਗੀਤਾ ਲਾਸਟ ਤੱਕ ਵੀ ਸੁਣਾ ਸਕਦਾ ਹੈ ਜਦ ਤੱਕ ਅਸੀਂ ਉਹਨੂੰ ਰੋਕਾਂਗੇ ਨਹੀਂ ਤੇ ਮੈਂ ਤੁਹਾਡੇ ਸਾਹਮਣੇ ਇੱਕ ਡੈਮੋ ਵੀ ਪ੍ਰਸਤੁਤ ਕਰਦਾ ਹੁਣੇ ਜੀ मदनुग्रहाय परमम् मदनुग्रहाय परमं, मदनु परमं। गुह्यम् अध्यात्मसंज्ञोक्तं वचस्तेन मोहोऽयं विगतो मम भूतानां श्रुतौ विस्तरशो मया तत्त्वः कमलपत्राक्ष माहात्म्यम् अपि चाव्ययं चञ्चलं चन, हि मनः कृष्ण चञ्चलं हि मनः कृष्ण प्रमाथि बलवदृढं तस्याहं निग्रहं मन्ये वायोरिवसुदुष्करं भूतग्रामः स एवायम् भूतग्रामः स एवायं भूत्वा भूत्वा प्रदीयते यात्या गमिपशः पार्थ प्रभवन्त्यहरागमे कायेन मनसा बुद्ध्या कायेन मनसा बुद्ध्या केवलैरिन्द्रियैरपि योगिनः कर्म कुर्वन्ति सङ्गं त्यक्त्वामशोधये